ਆਜੋ ਉਹ ਭਾਜੀ ਕਿੱਥੇ ਲੈ ਕੇ ਚੱਲੇ ਹੋ? ਉਹ ਭਾਜੀ ਕੀ ਹੋਇਆ? ਭਾਈ ਇੱਥੇ ਪਤੰਗ ਮਿਲਦੇ ਸਭ ਤੋਂ ਵਧੀਆ। ਅੱਜ ਆਪਾਂ ਆਏ ਖੁਰਾਨਾ ਗਾਈਡਸ ਤੇ, ਚੈੱਕ ਕਰੋ ਪਹਿਲਾਂ ਵੈਰਾਈਟੀਆਂ, ਚੈੱਕ ਕਰੋ ਕਿੰਨੀਆਂ ਹੈਗੀਆਂ। ਲਓ ਮੇਰੇ ਦੋਸਤੋ, ਦੇਖੋ ਕਿੰਨੀ ਜ਼ਿਆਦਾ ਤੁੱਕਲ ਆ ਚੁੱਕੀ ਹੈ। ਲਓ ਜੀ ਵੈਰਾਈਟੀ ਯਾਰ, ਤੁਸੀਂ ਚੈੱਕ ਕਰ ਸਕਦੇ ਹੋ। ਮਾਂ ਨੇ ਤਾਂ ਮੈਨੂੰ ਸੋਹਣਾ ਹੀ ਜੰਮਿਆ ਸੀ। ਅੱਛਾ, ਪਰ ਚੱਕਰ ਕੀ ਹੈ ਕਿ ਮੇਰੀ ਸਹੇਲੀ ਨੇ ਚੁੰਮ ਚੁੰਮ ਕੇ ਮੈਨੂੰ ਕਾਲਾ ਕਰਤਾ। ਓਹ ਭਾਜੀ ਯਾਦ ਆ ਗਿਆ ਹੈ। ਲਓ ਜੀ, ਲਓ ਜੀ ਜਿਨਾ ਪੇਚਾ, ਲਓ ਜੀ ਜਿਨਾ ਪੇਚਾ। ਮਰ ਦਿਲ ਪੇ ਲਗੀ ਰਹੀ ਤਾਰੀ ਫੋਟੋ, ਉਹ ਮੇਰੀ ਮੋਟੋ ਹਾਈ ਨਹੀਂ। 270 ਰੁਪਏ ਸੈਕੜਾ, 270 ਰੁਪਏ ਦੇ ਅੰਦਰ। ਕਹਿੰਦੇ ਕੀ ਹੁਆ? ਕੀ ਹੁਆ? ਬਾਤ ਹੋਏ, ਬਾਤ ਹੋਏ, ਡਾਇਲੌਗ ਭੁੱਲ ਗਿਆ। ਪੂਰੀ ਵੀਡੀਓ ਦਿਖਾਉਂਦੇ ਆ ਕਿਹੜਾ ਕਿਹੜਾ ਮਾਲ ਆ ਕਿੱਥੇ ਕਿੱਦਾਂ ਕਿਉਂਕਿ ਭਾਜੀ ਨੂੰ ਪਤਾ ਹੋਊਗਾ ਸਾਨੂੰ ਪਤਾ ਹੋਊਗਾ ਭਾ ਕੇ ਆਏ ਤੁਹਾਨੂੰ ਦਿਖਾਉਂਦੇ ਪੂਰੀ ਵੀਡੀਓ ਦਿਖਾਉਂਦੇ ਆ ਪੂਰੀ ਵੀਡੀਓ ਵੇਟ ਹੁੰਦਾ ਉਹੀ ਦਿਖਾਉਂਦੇ ਆਏ ਆਪਾਂ ਵਧੀਆ ਦੁਕਾਨ ਤੇ ਲੈ ਕੇ ਆਏ ਜਿਹਦੇ ਤੁਹਾਨੂੰ ਹਰ ਵੀਡੀਓ ਦਾ ਵੇਟ ਹੁੰਦਾ ਉਹੀ ਦਿਖਾਉਂਦੇ ਆਏ ਆਪਾਂ ਖੁਰਾਨਾ ਗਾਈਡਸ ਚਲੋ ਆਏ ਤੁਹਾਨੂੰ ਭਾਜੀ ਨਾਲ ਮਿਲਾਉਂਦੇ ਆ ਤੁਹਾਨੂੰ ਦੁਕਾਨ ਦੇ ਓਨਰ ਮਿਲਾਉਂਦੇ ਆ ਭਾਜੀ ਨਾਲ ਮਿਲਾਉਂਦੇ ਆ ਬਦਨਾਮ ਹੋਏ ਨਾਮ ਤੋਂ ਹੋਗਾ ਸੋ ਮੇਰੇ ਦੋਸਤੋ ਅੱਜ ਦੀ ਫਿਰ ਇੱਕ ਵੀਡੀਓ ਹੋਰ ਲੈ ਕੇ ਮੇਰੇ ਦੋਨੋਂ ਦੋਸਤ ਆਏ ਨੇ, ਇੱਕ ਮੇਰਾ ਯਸ਼ ਬਲੌਗਸ ਤੋਂ ਆਇਆ, ਮੇਰਾ ਯਸ਼, ਮੇਰਾ ਛੋਟਾ ਭਰਾ। ਉਹਨਾਂ ਨੂੰ ਚੰਗੀ ਸਬਸਕ੍ਰਿਪਸ਼ਨ ਦਿਓ, ਚੰਗੇ ਵਿਊਜ਼ ਦਿਓ ਤਾਂ ਕਿ ਇਹ ਹੋਰ ਜ਼ਿਆਦਾ ਤਰੱਕੀਆਂ ਕਰ ਸਕਣ। ਔਰ ਇੱਥੋਂ ਕੱਟ ਕਰ ਦਿਓ ਫੋਨ ਆ ਗਿਆ। ਤੁਸੀਂ ਅੱਜ ਸੋਹਣੇ ਬੜੇ ਲੱਗ ਰਹੇ ਹੋ ਵੈਸੇ। ਉਹ ਭਾਜੀ ਚੱਕਰ ਪਤਾ ਕੀ ਹੈ, ਮੇਰੀ ਮਾਂ ਨੇ ਤਾਂ ਮੈਨੂੰ ਸੋਹਣਾ ਹੀ ਜੰਮਿਆ ਸੀ। ਅੱਛਾ, ਪਰ ਚੱਕਰ ਕੀ ਹੈ ਕਿ ਮੇਰੀ ਸਹੇਲੀ ਨੇ ਚੁੰਮ ਚੁੰਮ ਕੇ ਮੈਨੂੰ ਕਾਲਾ ਕਰਤਾ। ਉਹ ਭਾਜੀ ਆ ਤਾਂ ਭਾਜੀ ਆ ਤਾਂ ਕੋਈ ਹੋਰ ਹੀ ਚੱਕਰ ਆ ਗਿਆ। ਉਹ ਭਾਜੀ ਕੀ ਕਰੀਏ, ਜਿਹੜੀ ਇਹ ਦੁਨੀਆ ਨਾ, ਇਹ ਦੁਨੀਆ ਇਸ ਤਰੀਕੇ ਦੀ ਹੈ ਕਿ ਜਿੰਨਾ ਮਰਜ਼ੀ ਇਹਨੂੰ ਸਮਝਾ ਲਓ ਦੁਨੀਆ ਨਹੀਂ ਸਮਝਦੀ। ਮੈਂ ਫਿਰ ਦੁਬਾਰਾ ਦੋਸਤੋ ਤੁਹਾਨੂੰ ਕਹਿਣ ਲੱਗਾ, ਲੁੱਟੇ ਨਾ ਜਾਈਓ, ਪੱਟੇ ਨਾ ਜਾਈਓ, ਬਿਜ਼ਨਸ ਕਰੋ, ਵਪਾਰ ਕਰੋ। ਜੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ, ਮੈਂ ਤੁਹਾਨੂੰ ਫਿਰ ਦੁਬਾਰਾ ਰਿਪੀਟ ਕਰ ਰਿਹਾ ਇਸ ਗੱਲ ਨੂੰ, ਸੀਜ਼ਨੇਬਲੀ ਕੰਮ ਕਰੋ, ਗਾਈਡਸ ਦਾ ਕੰਮ ਸ਼ੁਰੂ ਕਰ ਲਓ। ਆਈ ਐਮ ਡੈਡ ਫਿਊਰਲੀ ਸ਼ੋਰ ਹੈ
ਕਿ ਤੁਸੀਂ ਲੋਹੜੀ ਤੱਕ 50,000 ਰੁਪਏ ਜੇਬ ਚ ਪਾ ਕੇ ਬਹਿ ਚੁੱਕੇ। ਪੱਕਾ ਭਾਜੀ ਗਰੰਟੀ ਦੇ ਰਹੇ ਹੋ? ਮੈਂ ਕਿਹਾ ਸ਼ੋਰ ਹੈ ਕਿ 50,000 ਦਾ 1,00,000 ਰੁਪਇਆ ਮੈਂ ਤੁਹਾਡਾ ਡਬਲ ਕਰਾਊਂਗਾ। ਬੈਂਕ 'ਚ ਜਾਣ ਦੀ ਲੋੜ ਨਹੀਂ, ਸਾਰੀਆਂ ਐਫ ਡੀਆਂ ਇੱਥੇ ਹੀ ਕਰਾ ਦਿਓ। ਸਾਰੀ ਐਫ ਡੀ ਇੱਥੇ ਹੀ? ਅੱਛਾ ਭਾਜੀ, ਤੇ ਸਟਾਰਟਿੰਗ ਕਿੱਥੋਂ ਰਹਿੰਦੀ ਆ ਆਪਣੀ? ਸਟਾਰਟਿੰਗ ਕਰ ਦੋ ਉਹੀ ਦੁਬਾਰਾ। ਪਾਪਾ ਕੀ ਪਰੀ? ਪਾਪਾ ਕੀ ਪਰੀ ਭਾਜੀ? ਪਾਪਾ ਕੀ ਪਰੀ ਬਹੁਤ ਖਤਰਨਾਕ ਹੁੰਦੀ ਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪੂਰੀ ਦੁਨੀਆ ਨੇ ਪੁੱਟ ਕੇ ਲੈ ਗਈ। ਇਸ ਵਾਰੀ ਫਿਰ ਉਹੀ 1 ਰੁਪਏ ਤੋਂ ਸ਼ੁਰੂ ਹੋ ਜਾਂਦਾ। ਸੋ ਮੇਰੇ ਦੋਸਤੋ, ਮੈਂ ਫਿਰ ਦੁਬਾਰਾ ਕਹਿਣਾ ਚਾਹੂੰਗਾ, ਹੌਲੀ ਹੌਲੀ ਰੇਟ ਵੱਧਦੇ ਜਾ ਰਹੇ ਨੇ, ਤੋ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਮਾਲ ਲੈ ਜਾਓ। 20-20 ਪੈਸੇ, 25-25 ਪੈਸੇ ਰੇਟ ਇਨਕਰੀਜ਼ ਹੁੰਦੇ ਜਾ ਰਹੇ ਨੇ। ਸੀਜ਼ਨ ਸ਼ੁਰੂ ਹੋ ਚੁੱਕਾ, ਫੁੱਲ ਤੇਜ਼ੀ ਦੇ ਨਾਲ ਆਪਾਂ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਕਿਹੜੀਆਂ ਉਚਾਈਆਂ ਤੋਂ ਪਹੁੰਚਾ ਦਿੱਤਾ। ਚਲੋ ਆਓ ਮੇਰੇ ਦੋਸਤੋ, ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ। ਲੋ ਮੇਰੇ ਦੋਸਤੋ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਕਾਈਟ ਹੈ, ਹਾਂਜੀ, ਪਹਿਲੇ ਵੀ ਰੇਟ ਇਹਦਾ ਉਹੀ ਸੀਗਾ 270 ਰੁਪਏ, ਸੋ ਅੱਜ ਵੀ ਇਹੀ ਹੈ 270 ਰੁਪਏ। ਗਲੀ 'ਚ 4 ਰੁਪਏ ਦਾ ਵਿਕਦਾ, ਪਿੰਡਾਂ 'ਚ ਵੀ 5 ਦਾ ਵਿਕਦਾ। ਹਾਂਜੀ, ਮੈਂ ਫਿਰ ਕਹਿ ਰਿਹਾ ਮੇਰੇ ਪਿੰਡਾਂ ਵਾਲੇ ਦੋਸਤੋ, 270 ਰੁਪਏ ਦਾ ਲਿਜਾ ਕੇ ਤੁਸੀਂ 5 ਰੁਪਏ ਦਾ ਵੇਚਣਾ, ਬਖਸ਼ ਦਿਓ ਲੋਕਾਂ ਨੂੰ, ਬਖਸ਼ ਦਿਓ। 270 ਰੁਪਏ ਸੈਕੜਾ, 270 ਰੁਪਏ ਦੇ ਅੰਦਰ ਭਾਜੀ ਸੈਕੜਾ। ਭਾਜੀ ਸਾਰੇ ਸੇਮ ਹੀ ਹੈ ਜੀ? ਹਾਂ, ਗੋਲਡਨ ਡਿਪੀ ਵਾਲਾ ਹੈ। ਭਾਜੀ ਕਿੰਨੇ ਡਿਜ਼ਾਈਨ ਰੱਖੇ ਹੋਏ ਤੁਸੀਂ ਤਾਂ ਯਾਰ? ਬਹੁਤ ਹੈ, ਫਿਰ ਆ ਦੇਖੋ 5 ਰੁਪਏ ਸੇਲ ਵਾਲਾ ਪਤੰਗ। ਆ ਚੈੱਕ ਕਰੋ ਜੀ, 5 ਰੁਪਏ ਸੇਲ ਵਾਲਾ ਪਤੰਗ ਹੈ ਜੀ। 300 ਬਹੁਤ ਪਿਆਰਾ ਦੋਸਤ ਵੀ ਆ, ਬੜਾ ਸੋਹਣਾ ਵਲੌਗਰ ਵੀ ਆ, ਔਰ ਇਹਨੇ ਬੜੀ ਜਲਦੀ ਤਰੱਕੀ ਕਰ ਲਈ ਹੈ, ਸਾਡੇ ਰਿੰਦਾ ਬਰਦਰ ਨੂੰ ਪਿੱਛੇ ਛੱਡ ਗਿਆ। ਓ ਲੈ ਭਾਜੀ, ਤੁਸੀਂ ਤਾਂ ਬੇਇੱਜ਼ਤੀ ਕਰੀ ਜਾਂਦੇ ਹੋ ਯਾਰ। ਆ ਤਾਂ ਭਾਜੀ ਮੈਂ ਬੇਇੱਜ਼ਤੀ ਨਹੀਂ ਕਰ ਰਿਹਾ, ਮੈਂ ਇੱਜ਼ਤ ਦਾ ਮਾਣ ਬਖਸ਼ ਰਿਹਾ। ਅੱਛਾ, ਅਗਲਾ ਰਿਹਾ ਕਿ ਤੁਸੀਂ ਵੀ ਅੱਗੇ ਵਧੋ। ਹਲੋ ਜੀ, ਇਨਸਪਾਇਰ ਕੀਤਾ ਜਾਂਦਾ ਕਿਸੇ ਬੰਦੇ ਨੂੰ, ਕਿਸੇ ਬੰਦੇ ਨੂੰ ਕਿਹਾ ਜਾਵੇ ਕਿ ਉਹਨੂੰ ਟਾਰਗੇਟ ਅਚੀਵ ਕਰੋ ਉਸ ਚੀਜ਼ ਦਾ। ਹਾਂਜੀ, ਠੀਕ ਹੈ। ਲਓ ਮੇਰੇ ਦੋਸਤੋ, ਦੇਖੋ ਕਿੰਨੀ ਜ਼ਿਆਦਾ ਤੁੱਕਲ ਆ ਚੁੱਕੀ ਹੈ। ਲਓ ਜੀ ਵੈਰਾਈਟੀ ਯਾਰ, ਤੁਸੀਂ ਚੈੱਕ ਕਰ ਸਕਦੇ ਹੋ। ਦੇਖੋ, ਆ ਦੇਖੋ, ਪੌਣਾ ਪਤੰਗ। ਹਲੋ ਜੀ, ਪੌਣਾ ਦੇ ਵਿੱਚ ਪਤੰਗ ਆ ਚੁੱਕਿਆ ਵਾ, ਬਟਰ ਪੇਪਰ 'ਚ ਆ ਗਿਆ। ਪਹਿਲਾਂ ਨੋਰਮਲ ਵੇਚਦੇ ਸੀ ਆਪਾਂ, ਹੁਣ ਬਟਰ ਪੇਪਰ ਦੇ ਵਿੱਚ ਵੇਚ ਰਹੇ ਹਾਂ ਫੈਂਸੀ। ਇਹ 650 ਰੁਪਏ ਸੋ ਹੈ ਅੱਜ ਦਾ ਭਾਅ, ਮੈਂ ਤੁਹਾਨੂੰ ਫਿਰ ਦੁਬਾਰਾ ਦੱਸ ਰਿਹਾ, 650 ਰੁਪਏ ਸੋ ਹੈ। 650 ਰੁਪਏ ਬੜੀ ਫੈਂਸੀ ਫੈਂਸੀ ਕਲਰ ਦਾ, ਆਹ ਤੁਸੀਂ ਚੈੱਕ ਕਰ ਸਕਦੇ ਹੋ ਯਾਰ। ਓਏ ਡਿਜ਼ਾਈਨ ਚੈੱਕ ਕਰੋ ਵੀ, ਚੈਸ ਦੇ ਡਿਜ਼ਾਈਨਸ ਹੈ, ਔਰ ਇੰਨੇ ਪਿਆਰੇ ਪਿਆਰੇ ਡਿਜ਼ਾਈਨਸ ਹੈ, ਆਹ ਦੇਖੋ ਯਾਰ, ਸੋਚ ਵੀ ਨਹੀਂ ਸਕਦੇ ਕਿ ਇਹ ਇਹਨਾਂ ਡਿਜ਼ਾਈਨਾਂ ਦੇ ਵਿੱਚ ਮਾਲ ਮਿਲੂਗਾ। ਤੇ ਭਾਈ ਇਹ ਕਿੰਨਾ ਸੀਗਾ ਆਪਣਾ? 650 ਰੁਪਏ ਸੋ, 650 ਰੁਪਏ ਸੋ। ਟੈਲਿੰਗ ਯੂ ਅਗੇਨ, ਇਟਸ 650 100 ਪੀਸਸ। ਤੇ ਭਾਈ ਚਾਈਨਾ ਦੇ ਗੱਟੇ ਹੁੰਦੇ ਆਪਣੇ ਕੋਲ? ਮੰਮੀ ਮਾਲੇਗੀ, ਚਾਈਨਾ ਮੰਗੋਗੇ ਮੰਮੀ ਮਾਰੇਗੀ। ਸੋ ਮੇਰੇ ਦੋਸਤੋ, ਪੁਰਾਣਾ ਕਾਈਟ ਦਾ ਸਦਾ ਹੀ ਸਲੋਗਨ ਰਿਹਾ ਹੈ, ਨੋ ਮੋਰ ਚਾਈਨਾ ਡੋਰ, ਨੋ ਮੋਰ ਚਾਈਨਾ ਡੋਰ। ਔਰ ਇਸ ਟਾਈਮ ਕਾਟਨ ਦੇ ਗੱਟੂ ਇੰਨੇ ਆ ਚੁੱਕੇ ਨੇ ਮਾਰਕੀਟ ਦੇ ਵਿੱਚ, ਔਰ ਅਸੀਂ ਵੀ ਪ੍ਰਮੋਟ ਕਰ ਰਹੇ ਹਾਂ, ਅਸੀਂ ਵੀ ਇੰਨੇ ਗੱਟੂ ਦੇ ਰਹੇ ਹਾਂ ਤੁਹਾਨੂੰ, ਜਿਹਦਾ ਕਿ ਰੇਟ ਬਹੁਤ ਜ਼ਿਆਦਾ ਨਹੀਂ ਹੈਗਾ, 350-400, 350-400। ਔਰ ਸਭ ਤੋਂ ਵੱਡੀ ਗੇਮ ਇਹ ਹੈ, ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ, ਜਿਹੜੀ ਪਤੰਗਬਾਜ਼ੀ ਹੈ ਉਹ ਡੋਰ ਤੇ ਡਿਪੈਂਡ ਨਹੀਂ ਕਰਦੀ, ਟੈਕਨੀਕ ਤੇ ਡਿਪੈਂਡ ਕਰਦੀ ਹੈ। ਤੁਸੀਂ ਡੋਰ ਚਾਹੇ ਕੋਈ ਵੀ ਲੈ ਲਓ, ਜੇ ਤੁਹਾਨੂੰ ਪਤੰਗਬਾਜ਼ੀ ਆਉਂਦੀ ਹੈ ਤੁਸੀਂ ਬੜਾ ਸੋਹਣਾ ਲੋਕਾਂ ਦਾ ਪਤੰਗ ਕੱਟ ਸਕਦੇ ਹੋ, ਜੇ ਨਹੀਂ ਤੁਹਾਨੂੰ ਆਉਂਦੀ ਤੁਸੀਂ ਨਹੀਂ ਕਰ ਸਕਦੇ।
ਕਿੰਨਾ ਚਾਰਜਸ ਕਿੰਨੇ ਲੈਂਦੇ ਹੋ ਭਾਜੀ ਤੁਸੀਂ ਜੇ ਬਾਹਰ ਕਿਸੇ ਨੇ ਮੰਗਾਣਾ ਹੋਵੇ ਭਾਜੀ ਸਾਡਾ ਕੋਈ ਚਾਰਜਸ ਨਹੀਂ ਹੈ ਕੋਈ ਚਾਰਜ ਨਹੀਂ ਟ੍ਰਾਂਸਪੋਰਟ ਤੇ ਪੈਕੇਟ ਪਾ ਦਿੰਨੇ ਆ ਟ੍ਰਾਂਸਪੋਰਟੇਸ਼ਨ ਦਾ ਜੋ ਖਰਚਾ ਆਉਂਦਾ ਕਸਟਮਰ ਬੇਅਰ ਕਰਦਾ ਮਤਲਬ ਐਕਸਟਰਾ ਕੋਈ ਚਾਰਜਸ ਨਹੀਂ ਲੈਂਦੇਗੇ ਅਸੀਂ ਕੋਈ ਚਾਰਜ ਨਹੀਂ ਲੈਂਦੇ ਸਨ ਸਿਰਫ ਆਰਡਰਸ ਦਿਓ ਆਰਡਰਸ ਆਉਂਦੇ ਆ ਸਾਡੇ ਕੋਲ ਅਸੀਂ ਉਹਨੂੰ ਟ੍ਰਾਂਸਪੋਰਟ ਤੇ ਪਾ ਦਿੰਨੇ ਆ ਬੇਟੀ ਨੂੰ ਉਸ ਤੋਂ ਬਾਅਦ ਉਹ ਟ੍ਰਾਂਸਪੋਰਟ ਦਾ ਚਾਰਜਸ ਜੋ ਵੀ ਉਹਨਾਂ ਦੇ ਵਟਸਐਪ ਨੋਮੀਨਲ ਦੇ ਚਾਰਜਸ ਹੁੰਦੇ ਆ ਉਹ ਟ੍ਰਾਂਸਪੋਰਟ ਦੇ ਆਪ ਬੇਅਰ ਕਰਨੇ ਪੈਂਦੇ ਅੱਛਾ ਭਾਜੀ ਇੱਕ ਮਿੰਟ ਤੁਸੀਂ ਇੱਕ ਹੋਰ ਚੀਜ਼ ਦੱਸੋ ਮੈਨੂੰ ਸਭ ਤੋਂ ਜ਼ਿਆਦਾ ਡਿਮਾਂਡ ਤੁਹਾਡੀ ਹੁੰਦੀ 1 ਰੁਪਏ ਵਾਲੀ ਬਰੀ ਹਰ ਸਾਲ ਉਹ ਕਿੱਥੇ ਆ ਭਾਜੀ ਲਾ ਜੀ ਜਿੱਦਾਂ ਕਿ ਮੇਰੀ ਮੀਡੀਆ ਆਲ ਓਵਰ ਮੀਡੀਆ ਕੁਐਸਚਨ ਪੁੱਛ ਰਹੀ ਤਾਂ ਵੱਡੇ ਵੱਡੇ ਮਿਨਿਸਟਰ ਨੂੰ ਵੀ ਰਿਪਲਾਈ ਦੇਣਾ ਪੈਂਦਾ ਮੈਂ ਵੀ ਇਸ ਚੀਜ਼ ਲਈ ਪਾਬੰਦ ਹੈ ਭਾਜੀ 2025 ਆਉਣ ਲੱਗਾ ਕੀ ਹੋ ਗਿਆ ਤੁਹਾਨੂੰ 1 ਰੁਪਏ ਦੇ ਵਿੱਚ ਦੇ ਰਹੇ ਹੋ ਭਾਜੀ ਮੈਂ ਕਾਰੀਗਰ ਦੇ ਗੋਡੇ ਫੜ ਕੇ ਹਾਂਜੀ ਉਹਨੂੰ ਕਹਿਣਾ ਭਰਾਵਾ ਨਹੀਂ ਤੇਰੀ ਦਿਹਾੜੀ ਪੈਂਦੀ ਨਾ ਪਵੇ ਹਾਂ ਠੀਕ ਹੈ ਪਰ ਮੇਰੇ ਕਸਟਮਰਸ ਲਈ 1 ਰੁਪਏ ਦੀ ਪਰੀ ਜ਼ਰੂਰ ਲੈ ਗਿਆ ਕਸਟਮਰ ਖੁਸ਼ ਕਰਦੇ ਕਾਰੀਗਰ ਭਾਵੇਂ ਜਿੱਥੇ ਮਰਜੀ ਜਾਵੇ ਹੈਨਾ ਨਹੀਂ ਚਲੋ ਉਹ ਵੀ ਆਪਣੇ ਬੰਦੇ ਹੀ ਆ ਹਾਂਜੀ ਤੁਹਾਨੂੰ ਪਿਛਲੀ ਵਾਰੀ ਵੀ ਮੈਂ ਦੱਸਿਆ ਸੀਗਾ ਕਿੰਨੀ ਅੰਮ੍ਰਿਤਸਰੀ ਐਟਮਾਂ ਆਉਂਦੀਆਂ ਪਿਛਲੀ ਵਾਰੀ ਆਪਾਂ ਇੱਕ ਕਾਰੀਗਰ ਆਪਣਾ ਪ੍ਰਮੋਟ ਕੀਤਾ ਸੀ ਸੋਹਣਾ ਸਿੰਘ ਸੋਹਣਾ ਸਿੰਘ ਸੋਹਣਾ ਸਿੰਘ ਸੋਹਣਾ ਸਿੰਘ ਐਕਸੈਂਟ ਦੇਖੋ ਭਾਈ ਦਾ ਠੀਕ ਹੈ ਨਾ ਨਾਮ ਤਾਂ ਭਾਜੀ ਦਾ ਸੋਹਣ ਸਿੰਘ ਹੈ ਬਟ ਅਸੀਂ ਉਹਨੂੰ ਸੋਹਣਾ ਸਿੰਘ ਕਹਿੰਦੇ ਆ ਤੇ ਇਹ ਵੀ ਉਹਨਾਂ ਦਾ ਹੀ ਮਾਲ ਹੈ ਬੜਾ ਸੋਹਣਾ ਮਾਲ ਹੈ ਬੜਾ ਪਿਆਰਾ ਉਹਨੇ ਮਾਲ ਬਣਾ ਕੇ ਭੇਜਿਆ 460 ਰੁਪਏ ਦਾ ਸੋ 460 ਰੁਪਏ ਦਾ ਸੋ ਬੜਾ ਸਾਈਜ਼ ਹੈ ਪਿੰਡਾਂ 'ਚ 10 ਰੁਪਏ ਦਾ ਵਿਕਦਾ ਠੀਕ ਹੈ ਸਰ ਜੀ ਪਿੰਡਾਂ 'ਚ 10 ਰੁਪਏ ਵਿਕਦਾ ਸ਼ਹਿਰ ਦੇ ਵਿੱਚ 15 ਰੁਪਏ ਦੇ ਦੋ ਵਿਕਦੇ ਆ ਇਹ ਭਾਜੀ ਮਤਲਬ ਡਬਲ ਤੋਂ ਜ਼ਿਆਦਾ ਮਾਰਜਿਨ ਨਿਕਲ ਸਕਦਾ ਇਹਦੇ 'ਚ ਭਾਜੀ ਕੀ ਕਹਿੰਦਾ ਮੈਂ ਪ੍ਰੋਮਿਸ ਕੀਤਾ ਹੋਇਆ ਆਪਣੇ ਕਸਟਮਰਸ ਨੂੰ ਪ੍ਰੋਮਿਸ ਤੋੜ ਨਹੀਂ ਸਕਦੇ ਪ੍ਰੋਮਿਸ ਕੀਤਾ ਹੋਇਆ ਕਿ ਮੈਂ ਪੈਸੇ ਡਬਲ ਕਰਾ ਦੂੰਗਾ ਅੱਛਾ ਠੀਕ ਹੈ ਨਾ ਇਸੇ ਤਰੀਕੇ ਦੇਖੋ ਨਵੀਂ ਵੈਰਾਈਟੀ ਆ ਗਈ ਹੈ ਆ ਭਾਜੀ ਆ ਤਾਂ ਬੰਦਾ ਲਿਆਏ ਤੁਸੀਂ ਕਿੱਥੋਂ ਵੜ ਕੇ ਲਿਆਏ ਹੋ ਇਹ ਵੀ ਸਾਡੀ ਇੱਕ ਪੈਟ ਪ੍ਰੋਡਕਟ ਕਹ ਲਓ ਪੈਟ ਪ੍ਰੋਡਕਟ ਹੈ ਸਾਡਾ ਇਹ ਹਾਂਜੀ ਜਿਹੜੀ ਕਿ ਜਿਹਦੇ ਵਿੱਚ ਅਸੀਂ ਇਹ ਆਈਟਮਾਂ ਬਣਵਾਉਂਦੇ ਆ ਔਰ ਵੇਚਦੇ ਆ ਓਕੇ ਭਾਈ ਇਹਦਾ ਪ੍ਰਾਈਸ ਕੀ ਆ ਇਹਦਾ ਕੁਝ ਖਾਸ ਨਹੀਂ ਆਪਣਾ ਨੋਮੀਨਲ ਜਿਹਾ ਚਾਰਜਸ ਹੈ ਇਹਦੇ ਬਹੁਤ ਖੁਸ਼ ਕਰ ਲਿਆ ਔਰ ਮੈਨੂੰ ਸੇਵਾ ਦਾ ਮੌਕਾ ਦਿਓ ਠੀਕ ਹੈ ਔਰ ਨਾਲ ਨਾਲ ਮੇਰੇ ਭਰਾਵਾਂ ਦੇ ਉੱਪਰ ਵੀ ਇੱਕ ਪਿਆਰ ਭਰਾ ਹੱਥ ਰੱਖੋ ਤੇ ਇੱਕ ਵਾਰੀ ਭਾਜੀ ਤੁਸੀਂ ਐਡਰੈਸ ਦੱਸ ਦਿਓ ਆਪਣੀ ਸ਼ਾਪ ਦਾ ਕਿ ਲੋਕ ਗੁੰਮ ਜਾਂਦੇ ਭਾਜੀ ਸੜਕਾਂ ਤੇ ਮਿਲਦੇ ਲੋਕੀ ਯਾਰ ਭਾਜੀ ਮੇਰੇ ਇੱਕ ਕਾਫੀ ਮੇਰੇ ਕਸਟਮਰਸ ਕੰਪਲੇਨ ਕਰਦੇ ਵੀ ਸ਼ਾਪ ਨਹੀਂ ਮਿਲਦੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਾਈਵ ਲਿੰਕ ਪਾ ਦਿੱਤਾ ਗਿਆ ਸਿੱਧਾ ਗੂਗਲ ਮੈਪ ਤੇ ਖੁੱਲੂਗਾ ਸਿੱਧਾ ਗੂਗਲ ਮੈਪ ਤੇ ਖੁੱਲੂਗਾ ਔਰ ਸਿੱਧਾ ਮੇਰੇ ਕੋਲ ਆ ਕੇ ਆਉਂਗੇ ਔਰ ਨਹੀਂ ਤੇ ਜਦੋਂ ਤੁਸੀਂ ਆਣਾ ਮੈਨੂੰ ਫੋਨ ਕਰ ਦਿਓ ਤਦ ਤੱਕ ਆਪਾਂ ਚਾਹ ਆਰਡਰ ਕਰ ਦਾਂਗੇ ਦੋਨੋਂ ਬੈ ਕੇ ਪਹਿਲੇ ਚਾਹ ਪੀਵਾਂਗੇ ਉਸ ਤੋਂ ਬਾਅਦ ਆਪਾਂ ਬਿਜ਼ਨਸ ਕਰਾਂਗੇ ਭਾਜੀ ਸਮੋਸੇ ਵੀ ਸਮੋਸੇ ਥੋੜੀ ਜਿਹੀ ਦੂਰ ਹੈ ਦੁਕਾਨ ਅੱਛਾ ਆਂਦੇ ਹੋਏ ਲੈ ਕੇ ਆਇਓ ਅੱਛਾ ਆਂਦੇ ਸਮੋਸੇ ਮੇਰੇ ਲਈ ਲੈ ਕੇ ਆਇਓ ਠੀਕ ਹੈ ਚਾਹ ਮੈਂ ਆਰਡਰ ਕਰੂੰਗਾ ਆਪਾਂ ਦੋਨੋਂ ਭਰਾ ਮਿਲ ਕੇ ਨਾਲੇ ਚਾਹ ਪੀਵਾਂਗੇ ਨਾਲੇ ਆਪਾਂ ਬੈਠ ਕੇ ਗੱਲਾਂ ਮਾਰਾਂਗੇ ਤੇ 50-50 ਕਰਾਂਗੇ ਪਤੰਗ ਵੀ 50-50 ਲਵਾਂਗੇ ਤੇ ਆ ਚੈੱਕ ਕਰ ਸਕਦੇ ਯਾਰ ਤੁਸੀਂ 1 ਰੁਪਏ ਵਾਲਾ ਤਾਂ ਤੁਸੀਂ ਛੱਡਤਾ ਉਹ ਤਾਂ ਤੁਸੀਂ ਦਿਖਾਤਾ ਤੇ ਪਰੀ ਮੋਟੋ ਵਾਲਾ ਪਤੰਗ ਕਿਤੇ ਆ ਮੋਟੋ ਵਾਲਾ ਨਹੀਂ ਆਇਆ ਹੈ ਤੱਕ ਜੀ ਮਰ ਦਿਲ ਪੇ ਲੱਗ ਰਹੀ ਤਾਰੀ ਫੋਟੋ ਉਹ ਮੇਰੀ ਮੋਟੋ ਹਾਈ ਨਹੀਂ ਮੇਰੀ ਮੋਟੋ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਕਿ ਤੁਹਾਡਾ ਛੋਟਾ ਭਰਾ ਸਭ ਦੀਆਂ ਸਹੇਲੀਆਂ ਮੋਟੋ ਮੇਰੀ ਵੀ ਸਹੇਲੀ ਮੋਟੋ ਆਈ ਲਵ ਮੋਟੋ ਬੜੀ ਜਲਦੀ ਲਾਂਚ ਕਰਾਂਗੇ ਇਹਨੂੰ ਵੀ ਬੜੀ ਜਲਦੀ ਪਤੰਗ ਵੀ ਆ ਚੁੱਕਾ ਹੈ ਪਿੱਛੇ ਸਟਾਕ 'ਚ ਪਿਆ ਹੋਇਆ ਮੈਂ ਨਹੀਂ ਚਾਹੁੰਦਾ ਇਸ ਟਾਈਮ ਡਿਸਪਲੇ ਕਰਾਂ ਬਟ ਮੇਰਾ ਪ੍ਰੋਮਿਸ ਹੈ ਕਿ ਤੁਹਾਨੂੰ ਵਧੀਆ ਤੋਂ ਵਧੀਆ ਕਾਇਟ ਜਿਹਦੇ 'ਚ ਲਿਖਿਆ ਹੋਊਗਾ ਆਈ ਲਵ ਮੋਟੋ ਹਾਂਜੀ ਆਈ ਮਿਸ ਮੋਟੋ ਆਪਣੀ ਮੋਟੋ ਲਈ ਚਲੋ ਸਭ ਦੀਆਂ ਸਹੇਲੀਆਂ
ਸਭ ਦੀਆਂ ਵਾਈਫਸ, ਸਭ ਦੀਆਂ ਦੋਸਤ ਮੋਟੋ ਹੀ ਹੁੰਦੀਆਂ, ਬੰਦਾ ਪਿਆਰ ਨਾਲ ਨੂੰ ਮੋਟੋ ਹੀ ਕਹਿੰਦਾ, ਔਰ ਆਈ ਲਵ ਮੋਟੋ। ਆਪਣੀ ਸਹੇਲੀ ਹੈ ਵਾਈਫ ਹੈ ਚਲੋ ਠੀਕ ਹੈ, ਅੱਜ ਦੀ ਵੀਡੀਓ ਨੂੰ ਇੱਥੇ ਕਲਿੱਪ ਕਰਦੇ ਹਾਂ ਆਪਾਂ, ਅਗਲੀ ਵੀਡੀਓ 'ਚ ਬੜੀ ਜਲਦੀ ਮਿਲਾਂਗੇ। ਰੇਟ ਸਾਰੇ ਆਲਮੋਸਟ ਸੇਮ ਹੀ ਆ, 5-10 ਪੈਸੇ 20 ਪੈਸੇ ਇਨਕਰੀਜ਼ ਹੋਏ ਆ। ਸੋ ਭਾਜੀ ਕੱਟੂ ਦਿਖਾਓ, ਤੁਸੀਂ ਚਾਈਨਾ ਤਾਂ ਤੁਸੀਂ ਰਹਿ ਨਹੀਂ ਦਿੱਤਾ, ਤੁਸੀਂ ਇੰਨਾ ਸਟੋਕ ਪਿਆ ਹੈ, ਪ੍ਰਾਈਸ ਕੌਣ ਦੱਸੂਗਾ ਭਾਜੀ? ਇੰਨੀ ਕੁ ਜ਼ਿਆਦਾ ਵਰਾਇਟੀ ਹੈ, 78 ਤਰ੍ਹਾਂ ਦੇ ਮੇਰੇ ਕੋਲ ਕਾਈਟਸ ਹੈ, 78 ਤਰ੍ਹਾਂ ਦੇ ਕਾਈਟਸ, 78 ਭਾਜੀ ਦੇਖ ਲਓ। ਅਗਰ ਮੈਂ ਇੱਕ ਕਾਈਟ ਦੇ ਉੱਤੇ ਵੀ ਅਗਰ 20 ਸੈਕਿੰਡ ਜਾਂ 30 ਸੈਕਿੰਡ ਵੀ ਲਗਾਵਾਂ ਤਾਂ ਬਹੁਤ ਲੰਬੀ ਵੀਡੀਓ ਹੋ ਜਾਏਗੀ। ਕੋਈ ਨਾ ਭਾਜੀ, ਚੱਲੂਗਾ ਸਾਨੂੰ। ਕਮ ਟੂ ਦਾ ਸ਼ਾਪ, ਹਾਂਜੀ ਠੀਕ ਹੈ, ਲੈਟਸ ਸੀ ਦਾ ਵਰਾਇਟੀ, ਦੇਖੋ ਖੁਦ ਆਪਣੇ ਆਪ ਆ ਕੇ, ਔਰ ਰੇਟਸ ਮੇਰੇ ਤੁਹਾਨੂੰ ਪਤਾ ਹੀ ਹੈ, ਬੜੇ ਈਜ਼ੀ ਜਿਹੇ ਰੇਟਸ ਹੈ। ਠੀਕ ਹੈ, ਚਲੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਔਰ ਇੱਕ ਹੋਰ ਛੋਟੀ ਜਿਹੀ ਗੱਲ ਕਹਿਣਾ ਚਾਹੂੰਗਾ ਕਿ ਮੇਰੇ ਜਿਹੜੇ ਦੋਸਤ ਹੈ, ਮੇਰੇ ਨੰਨੇ ਮੁੰਨੇ ਬੱਚੇ ਆ, ਜਿਹੜੇ ਮੇਰੇ ਫੈਨ ਫੋਲੋਅਰਸ ਹੈ, ਕੁਝ ਸ਼ਾਪਸ ਤੇ ਆਉਂਦੇ ਆ ਔਰ ਮੇਰੇ ਨਾਲ ਵੀਡੀਓ ਬਣਾਉਂਦੇ ਆ, ਉਹਨਾਂ ਦੇ ਰਿਵਿਊਜ਼ ਵੀ ਵੀਡੀਓ ਤੋਂ ਬਾਅਦ ਚੱਲਣਗੇ, ਪਲੀਜ਼ ਸਾਰੇ ਜ਼ਰੂਰ ਦੇਖਣਾ। ਥੈਂਕ ਯੂ ਭਾਜੀ। ਬਟਰ ਪੇਪਰ ਦੀ ਹੈ, ਹਾਂਜੀ ਠੀਕ ਹੈ, ਨੋਰਮਲ ਮਿਲਦੀ ਹੈ 850 ਰੁਪਏ 100, ਹਾਂਜੀ ਇਹ ਹੈਗੀ 1380 ਰੁਪਏ 100, 1380 ਰੁਪਏ 100 ਸਾਰੀ ਬਟਰ ਪੇਪਰ ਦੀ। ਛਨ ਛਨ ਟੁਕਲਾਂ ਵੀ ਹੈ ਇੱਥੇ, ਚਲੋ ਦੁਕਾਨ ਤੇ ਆਓ, ਵਿਜ਼ਿਟ ਕਰੋ, ਮਾਲ ਇੱਥੇ ਬਥੇਰਾ ਹੈਗਾ, ਠੀਕ ਹੈ, ਤੁਹਾਨੂੰ ਬਥੇਰਾ ਮਾਲ ਮਿਲ ਜੂਗਾ, ਹੋਰ ਵੱਡੇ ਪਤੰਗ ਵੀ ਆ। ਚਲੋ ਠੀਕ ਹੈ, ਆ ਭਾਈ ਨੇ ਬੜੀ ਹੈਲਪ ਕਰਾਈ ਸਾਡੀ, ਇਹ ਭਾਈ ਬੋਲ ਰਹੇ ਸੀ ਯਾਰ ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਈ ਦਾ, ਯਾਰ ਚੈਨਲ ਵੀ ਮੋਨੀਟਾਈਜ਼ ਕਰਾਓ ਯਾਰ, ਤੁਸੀਂ ਕਰਾਉਂਦੇ ਹੀ ਨਹੀਂ ਹੈਗੇ, ਤੇ ਕਮੈਂਟ ਵਿੱਚ ਯਾਰ ਰਿਦਮ 007 ਹੋ ਜਾਣਾ ਚਾਹੀਦਾ। ਹਾਂਜੀ ਭਾਈ, ਤੇ ਸਬਸਕ੍ਰਾਈਬ ਸਾਰਿਆਂ ਨੇ ਕਰਨਾ ਭਾਈ, ਦੇਖ ਲਓ ਲਾਈਕ ਵੀ ਕਰਨਾ ਵਾ, ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ, ਤਦ ਤੱਕ ਲਈ ਭਾਈ ਯਾਰ ਗੱਲ ਕਰੋ ਯਾਰ, ਤੁਸੀਂ ਕਰੋ ਯਾਰ, ਤੁਹਾਡਾ ਚੈਨਲ, ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਓਕੇ ਟਾਟਾ, ਬਾਏ ਬਾਏ, ਥੈਂਕਸ ਫੋਰ ਵਾਚਿੰਗ, ਬਾਏ ਬਾਏ।